ਮੇਰੇ ਪੰਜਵੇਂ ਗੁਰੂ ਨਾਨਕ ਦਾ ਫੈਸਲਾ ਕਹਿੰਦੇ ਸਗਲ ਪੁਰਖ ਮੈਂ ਪੁਰਖ ਸਾਰੇ ਪੁਰਖਾਂ ਦੇ ਵਿੱਚੋਂ ਜਿਤਨੇ ਤੁਰੇ ਫਿਰਦੇ ਨੇ ਸ੍ਰੇਸ਼ਟ ਕੌਣ ਕੌਣ ਹੈ ਸ੍ਰੇਸ਼ਟ ਸਾਧ ਸੰਗ ਜਾਕਾ ਮਿਟੇ ਤੇਰੇ ਕੋਲ ਸੰਗਤ ਵੀ ਹੋਵੇ ਸਮਝਣਾ ਤੇਰੇ ਕੋਲ ਅੰਮ੍ਰਿਤ ਵੇਲਾ ਵੀ ਹੋਵੇ ਤੇਰੇ ਕੋਲ ਨਿਤਨੇਮ ਵੀ ਹੋਵੇ ਹਾਜ਼ਰੀ ਗੁਰੂ ਘਰ ਦੀ ਵੀ ਭਰਦਾ ਹੋਵੇ ਸੇਵਾ ਵੀ ਕਰਦਾ ਹੋਵੇ ਗੁਰੂ ਘਰ ਤੇ ਫਿਰ ਹੋਮੇ ਦੀ ਪੰਡ ਚੱਕੀ ਫਿਰੇ ਤੇ ਘਵਾਵੇਂ ਆਪਣੇ ਆਪ ਨੂੰ ਪੁਰਖ ਪ੍ਰਧਾਨ ਸਾਹਿਬ ਕਹਿੰਦੇ ਨਹੀਂ ਪੁਰਖ ਪ੍ਰਧਾਨ ਕਵਾਉਣਾ ਚਾਹੁੰਦਾ ਹੈ ਫਿਰ ਸਾਧ ਸੰਗ ਜਾਕਾ ਬਿਟੈ ਇੰਨੇ ਸਤਸੰਗ ਸੁਣ ਲੈ ਸਤਸੰਗ ਪੁਰਖ ਪ੍ਰਧਾਨ ਬਣਨ ਦੀ ਤਿਆਰੀ ਨਹੀਂ ਕੀਤੀ ਸਪਸ਼ਟ ਲਫ਼ਜ਼ਾਂ ਚ ਕਹਿਣ ਲੱਗਾ ਜੀ ਪੁਰਖ ਪ੍ਰਧਾਨ ਬਣਨ ਦੀ ਤਿਆਰੀ ਨਹੀਂ ਕੀਤੀ ਬਣਨਾ ਤਾਂ ਕੀ ਸੀ ਤਿਆਰੀ ਨਹੀਂ ਸ਼ੁਰੂ ਕੀਤੀ ਤੇਰੇ ਕੋਲ ਮਾਇਆ ਵੀ ਰੱਜ ਕੇ ਹੋਵੇ ਉਹ ਸਿਖਾ ਤੇਰੇ ਕੋਲ ਅੰਮ੍ਰਿਤ ਵੇਲਾ ਵੀ ਡਾਢਾ ਹੋਵੇ ਤੇਰਾ ਭਜਨ ਵੀ ਸਿਰੇ ਦਾ ਹੋਵੇ ਸੇਵਾ ਵੀ ਤੇਰੇ ਕੋਲ ਪੂਰੀ ਹੋਵੇ ਪਰਉਪਕਾਰ ਦੇ ਵੀ ਕੰਮ ਕਰਦਾ ਹੋਵੇ ਪਰ ਡਾਊਨ ਟੂ ਅਰਥ ਹੋਵੇ ਐਨ ਨੀਵੇਂ ਤੋਂ ਨੀਵਾਂ ਹੋਵੇ ਆਪਣਾ ਆਪ ਕਦੇ ਨਾ ਜਣਾਵੇ ਤੇ ਮਾਣ ਦੂਜਿਆਂ ਨੂੰ ਦੇਵੇ ਸਾਹਿਬ ਕਹਿੰਦੇ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਫਿਰ ਸ੍ਰੇਸ਼ਟ ਫਿਰ ਸ੍ਰੇਸ਼ਟ ਹੁਣ ਅੱਜ ਇਹ ਦੀਵਾਨ ਚੱਲ ਰਿਹਾ ਜੇ ਹੱਥ ਇੱਧਰ ਜਾਂਦਾ ਨਾ ਅੱਜ ਤੱਕ ਤੇ ਅੱਜ ਤੋਂ ਬਾਅਦ ਹੱਥ ਇੱਧਰ ਨਾ ਜਾਵੇ ਹੱਥ ਦੂਜਿਆਂ ਵਾਲੇ ਪਾਸੇ ਜਾਵੇ ਨਹੀਂ ਜੀ ਇਹਨਾਂ ਨੇ ਕੀਤਾ ਕੀਤਾ ਤੁਸੀਂ ਹੋਵੇ ਨਹੀਂ ਜੀ ਇਹਨਾਂ ਨੇ ਕੀਤਾ ਇਹਨਾਂ ਨੇ ਕੀਤਾ ਅਗਲਾ ਕਹੇਗਾ ਵੀ ਕਮਾਲ ਹੋ ਗਈ ਮੇਰਾ ਨਾਮ ਲੈ ਲੇ ਮੈਨੂੰ ਵਡਿਆਈ ਦੇ ਦਿੱਤੀ ਤੁਹਾਡਾ ਰਿਸ਼ਤਾ ਗੂੜਾ ਹੋ ਜਾਏਗਾ ਗੂੜਾ ਹੋ ਜਾਏਗਾ ਪਿਆਰ ਹੋਰ ਡਾਢਾ ਹੋ ਜਾਏਗਾ ਉਹ ਮਾਣ ਦੇਣ ਦੀ ਚੀਜ਼ ਹੈ ਸਜਣਾ ਤੂੰ ਜਿਤਨਾ ਮਾਣ ਦੇਗਾ ਪਲਟ ਕੇ ਉਤਨਾ ਹੀ ਮਾਣ ਤੈਨੂੰ ਵਾਪਸ ਮਿਲੇਗਾ ਆਖੋ ਸਤਨਾਮ ਸੱਚਾਈ ਪਲਟ ਕੇ ਉਨਾ ਹੀ ਮਾਣ ਮਿਲੇ ਬੜਾ ਔਖਾ ਹੁੰਦਾ ਚਰਨਾ ਜੇ ਪੁਰਖ ਪ੍ਰਧਾਨ ਬਣਨਾ ਤੇ ਸਾਧ ਸੰਗ ਜਾਕਾ ਮਿਟੇ ਅਪਮਾਨ ਭਾਈ ਵੀਰ ਸਿੰਘ ਜੀ ਸਤਸੰਗ ਦੇ ਵਿੱਚ ਆਏ ਸੰਤ ਸੱਜਣ ਸਿੰਘ ਜੀ ਵਿਚਾਰਾਂ ਕਰ ਰਹੇ ਸਨ ਸੰਗਤ ਬੈਠੀ ਹੈ ਸੰਤ ਸੱਜਣ ਸਿੰਘ ਜੀ ਇਹ ਉਹਨਾਂ ਦੇ ਜ਼ਿਕਰ 'ਚ ਆਇਆ ਭਾਈ ਵੀਰ ਸਿੰਘ ਦੇ ਜ਼ਿਕਰ 'ਚ ਤੇ ਜਦੋਂ ਭਾਈ ਵੀਰ ਸਿੰਘ ਜੀ ਆਏ ਬੜੀ ਆਤਮਕ ਉਡਾਰੀ ਸੀ ਜੀ ਭਾਈ ਵੀਰ ਸਿੰਘ ਜੀ ਦੀ ਕੋਈ ਛੋਟੀ ਬਾਤ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਟੀਕ ਵੀ ਉਹਨਾਂ ਦੀ ਅਰਥ ਵੀ ਲਿਖੇ ਨੇ ਮਹਾਰਾਜ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਹੋਰ ਬੜੀਆਂ ਐਸੀਆਂ ਕਿਤਾਬਾਂ ਕਦੇ ਗੁਰੂ ਨਾਨਕ ਚਮਤਕਾਰ ਪੜ੍ਹੋ ਸਤਸੰਗ ਆਉਂ ਗੁਰੂ ਨਾਨਕ ਸਾਹਿਬ ਨੂੰ ਸਾਤ ਸਾਹਮਣੇ ਖੜਾ ਕਰ ਦਿੰਦੇ ਲਿਖਤ 'ਚ ਇੰਨੀ ਜਾਨ ਹੈ ਇੰਨੀ ਜਾਨ ਜਦੋਂ ਭਾਈ ਵੀਰ ਸਿੰਘ ਜੀ ਸੰਗਤ 'ਚ ਆਏ ਨਾ ਤੇ ਸੰਤ ਸੱਜਣ ਸਿੰਘ ਜੀ ਕਥਾ ਕਰਦੇ ਤੇ ਕਥਾ ਦੇ ਵਿੱਚ ਨਾ ਭਾਈ ਵੀਰ ਸਿੰਘ ਜੀ ਦਾ ਜ਼ਿਕਰ ਲਾ ਦਿੱਤਾ ਸਾਹਮਣੇ ਬੈਠੇ ਨੇ ਭਾਈ ਵੀਰ ਸਿੰਘ ਤੇ ਜ਼ਿਕਰ ਲਾ ਦਿੱਤਾ ਉਹਨਾਂ ਦੀ ਤਾਰੀਫ ਕਰ ਦਿੱਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਸੰਗਤ ਬੈਠੀ ਔਰ ਜ਼ਿਕਰ ਕਰ ਦਿੱਤਾ ਉਹਨਾਂ ਦਾ ਵਡਿਆਈ ਕਰ ਦਿੱਤੀ ਭਾਈ ਵੀਰ ਸਿੰਘ ਜੀ ਚੁੱਪ ਬੋਲੇ ਕੁਝ ਨਹੀਂ ਅੰਦਰੋਂ ਦੁਖੀ ਅੰਦਰੋਂ ਤਲਖੀ ਮਚੀ ਹੋਈ ਹੈ ਹੁਣ ਸਾਡੀ ਕੋਈ ਸੰਗਤ 'ਚ ਮਹਿਮਾ ਕਰੇ ਤਾਰੀਫ ਕਰੇ ਬੰਦਾ ਖੁਸ਼ ਹੁੰਦਾ ਬਈ ਮੇਰੀ ਗੱਲ ਕੀਤੀ ਹੈ ਸਟੇਜ ਤੋਂ ਮੇਰੀ ਗੱਲ ਕੀਤੀ ਮੇਰਾ ਨਾਂ ਲਿਆ ਏਦਾਂ ਜੋੜਾ ਹੋਈ ਜਾਂਦਾ ਤੇ ਭਾਈ ਵੀਰ ਸਿੰਘ ਜੀ ਦਾ ਸੀਸ ਝੁਕਦਾ ਜਾ ਰਿਹਾ ਦੂਜਾ ਦਿਨ ਚੜਿਆ ਹੁਣ ਦੂਜੇ ਦਿਨ ਸਤਸੰਗਤ ਜਦੋਂ ਸੰਤ ਸੱਜਣ ਸਿੰਘ ਜੀ ਨੂੰ ਮਿਲੇ ਨਾ ਤੇ ਕੁਝ ਸਰੀਰ ਨਾਲ ਬੈਠੇ ਨੇ ਸੰਤ ਸੱਜਣ ਸਿੰਘ ਜੀ ਦੇ ਤੇ ਮਹਾਂਪੁਰਖਾਂ ਨੂੰ ਨਾ ਹੱਥ ਬੰਨ ਕੇ ਕਹਿਣ ਲੱਗੇ ਕਹਿੰਦੇ ਮਹਾਂਪੁਰਖੋ ਕੱਲ ਬਹੁਤ ਵਡਿਆਈ ਤੁਸੀਂ ਦੇ ਦਿੱਤੀ
ਕਹਿੰਦੇ ਰਾਤ ਸੋ ਨਹੀਂ ਸਕਿਆ। ਕਹਿੰਦੇ ਅੱਜ ਮੈਂ ਤੁਹਾਨੂੰ ਆਪਣੀ ਔਕਾਤ ਦੱਸਣ ਆਇਆ, ਮੈਂ ਕੌਣ ਆ? ਧਿਆਨ ਦੇਣਾ, ਅੱਜ ਮੈਂ ਤੁਹਾਨੂੰ ਆਪਣੀ ਔਕਾਤ ਦੱਸਣ ਆਇਆ, ਮੈਂ ਕੌਣ ਆ? ਸਿਰੇ ਦੀ ਪੜ੍ਹਾਈ, ਸਿਰੇ ਦੀ ਬੰਦਗੀ, ਪ੍ਰੇਮਾ ਭਗਤੀ, ਹਾਂਜੀ। ਤੇ ਕਹਿੰਦੇ ਮੈਂ ਤੁਹਾਨੂੰ ਔਕਾਤ ਦੱਸਣ ਆਇਆ। ਕਹਿੰਦੇ ਇੱਕ ਸੇਠ, ਉਹਨੇ ਠੰਡੀ ਛਬੀਲ ਲਾਈ ਤੇ ਉਸ ਛਬੀਲ ਦੇ ਵਿੱਚ ਇੱਕ ਨੌਕਰ ਨੂੰ ਬਿਠਾ ਦਿੱਤਾ, ਛਬੀਲ ਦਾ ਇੰਤਜ਼ਾਮ ਕੀਤਾ, ਬਰਫ਼, ਪਾਣੀ, ਟੱਬ, ਸਾਰਾ ਸਮਾਨ ਇਕੱਤਰ ਕੀਤਾ ਤੇ ਨੌਕਰ ਨੂੰ ਬਿਠਾ ਦਿੱਤਾ, ਤੂੰ ਜਲ ਪਲਾ। ਕਹਿੰਦੇ ਦੱਸੋ ਹੁਣ ਵਡਿਆਈ ਕਿਹਦੀ ਹੈ, ਨੌਕਰ ਦੀ ਕਿ ਉਹ ਮਾਲਕ ਦੀ ਆ? ਖੁਸ਼ ਸਤਨਾਮ। ਕਹਿੰਦੇ ਉਹ ਮਾਲਕ ਚਾਹੇ ਉਹਨੂੰ ਚੁੱਕ ਕੇ ਦਫਾ ਕਰੇ ਤੇ ਦੂਜੇ ਨੌਕਰ ਨੂੰ ਬਿਠਾ ਦੇਵੇ, ਦੂਜੇ ਨੂੰ ਚੁੱਕ ਕੇ ਦਫਾ ਕਰੇ ਤੇ ਤੀਜੇ ਨੂੰ ਬਿਠਾ ਦੇਵੇ। ਮਾਲਕ ਦੀ ਵਡਿਆਈ, ਨੌਕਰ ਦੀ ਕਾਹਦੀ ਵਡਿਆਈ? ਕਹਿੰਦੇ ਮਹਾਂਪੁਰਖੋ, ਆਹ ਗੁਰੂ ਨਾਨਕ ਜਿਹਦੀ ਬਾਣੀ, ਜਿਹਦੀਆਂ ਅਸੀਸਾਂ, ਜਿਹਦੀਆਂ ਦਿਆਲਤਾ, ਜਿਹਦੇ ਸਿਰ ਤੇ ਛੱਜੂ ਝੀਵਰ ਦੇ ਸਿਰ ਤੇ ਛੜੀ ਰੱਖ ਦਿੱਤੀ, ਖਲ ਮੂਰਖ ਤੇ ਪੰਡਿਤ ਕਰਮੋ ਕਰ ਦਿੱਤਾ, ਵਡਿਆਈ ਕਿਹਦੀ? ਵਡਿਆਈ ਤਾਂ ਮੇਰੇ ਸਾਹਿਬ। ਕਹਿੰਦੇ ਮੇਰੇ ਵਰਗੇ ਕਈ ਤੁਰੇ ਫਿਰਦੇ ਨੇ ਕਈ, ਇਹ ਤਾਂ ਗੁਰੂ ਨੇ ਹੱਥ ਰੱਖਿਆ ਹੋਇਆ ਤੇ ਅੱਜ ਭਾਈ ਵੀਰ ਸਿੰਘ ਕੁਝ ਲਿਖ ਸਕਦਾ ਆ। ਆਖੋ ਸਤਨਾਮ। ਅੱਜ ਭਾਈ ਵੀਰ ਸਿੰਘ ਕਹਿੰਦੇ ਕੁਝ ਲਿਖ ਸਕਦਾ ਹੈ। ਕਹਿੰਦੇ ਮਹਾਂਪੁਰਖੋ, ਇਹ ਮਨ ਬਹੁਤ ਸ਼ਰਾਰਤੀ ਹੈ, ਬਹੁਤ ਚੰਦਰਾ ਹੈ, ਇਹਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਫੁੱਲਣ ਦਾ, ਇਹਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਭੁੰਤਰਨ ਦਾ, ਭੁੰਤਰ ਜਾਂਦਾ ਹੈ ਜੀ। ਜਦੋਂ ਸਾਡੀ ਵਡਿਆਈ ਆਉਂਦੀ ਤੇ ਦੱਸੋ ਇਹ ਮਨ ਦੀ ਹਾਲਤ ਕੀ ਹੁੰਦੀ ਹੈ? ਦੱਸੋ ਕੀ ਹੁੰਦੀ? ਹੋਰ ਚੌੜਾ ਹੋ ਜਾਂਦਾ, ਹੋਰ ਸ਼ੇਰ ਹੋ ਜਾਂਦਾ। ਹਾਂਜੀ ਹਾਂਜੀ ਹਾਂਜੀ। ਕਹਿੰਦੇ ਨਾਨਾ ਇਹਨੂੰ ਪੱਠੇ ਨਹੀਂ ਪਾਣੇ, ਇਹਨੂੰ ਪੱਠੇ ਨਹੀਂ ਪਾਣੇ, ਇਹ ਜੇ ਚੋਲਾ ਹੋ ਗਿਆ ਬੜਾ ਔਖਾ ਕਰੇਗਾ ਮੈਨੂੰ। ਆਖੋ ਸਤਨਾਮ। ਕਹਿੰਦੇ ਵਡਿਆਈ ਮਾਲਕ ਦੀ ਹੈ, ਜੇ ਮੇਰੇ ਕੋਲੋਂ ਸੇਵਾ ਨਾ ਲੈ ਕੇ ਕਿਸੇ ਹੋਰ ਕੋਲ ਲੈ ਲੈਂਦੇ ਦੱਸੋ ਫਿਰ ਇਹ ਭਾਈ ਵੀਰ ਸਿੰਘ ਦੀ ਕੀ ਔਕਾਤ ਸੀ? ਆਖੋ ਸਤਨਾਮ। ਆਹ ਪੜ੍ਹਾਈ ਅਸੀਂ ਪੜ੍ਹਨੀ, ਆਹ ਪੜ੍ਹਾਈ ਸਾਧ ਸੰਗ ਜਾਂਕਾ ਮਿਟੇ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਾਤੇ ਉੱਚਾ, ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਾਤੇ ਉੱਚਾ। ਆਹ ਪੜ੍ਹਾਈ ਪੜ੍ਹਨੀ ਅਸੀਂ ਸੱਸ, ਆਹ ਪੜ੍ਹਾਈ।